ਆਓ ਦੋਸਤੋ, ਲਗਾਈਏ ਵੱਧ ਤੋਂ ਵੱਧ ਰੁੱਖ ਅਤੇ ਬਣਾਈਏ ਆਪਣੀ ਇਸ ਧਰਤੀ ਨੂੰ ਹਰਿਆ ਭਰਿਆ। ਤੁਹਾਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਜਿੰਨਾ ਵੀ ਹੋ ਸਕੇ ਆਪਣੇ ਚੁਗਿਰਦੇ ਵਿੱਚ ਰੁੱਖ ਲਗਾਓ, ਫਲਦਾਰ ਬੂਟੇ, ਛਾਂਦਾਰ ਬੂਟੇ ਜੋ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਹਰਿਆਵਲ ਅਤੇ ਠੰਡਕ ਬਖਸ਼ਣ। ਰੁੱਖ ਲਗਾਉਣ ਦੇ ਇਸ ਪਵਿੱਤਰ ਕਾਰਜ ਵਿੱਚ ਨਾ ਸਿਰਫ ਤੁਸੀਂ ਬਲਕਿ ਤੁਹਾਡੇ ਯਤਨ ਸਦਕਾ ਤੁਹਾਡਾ ਹਰ ਮਿੱਤਰ, ਦੋਸਤ, ਰਿਸ਼ਤੇਦਾਰ ਰੁੱਖ ਲਗਾਉਣ ਦੀ ਦਿਸ਼ਾ ਵਿੱਚ ਜੇ ਕੋਈ ਵੀ ਕੰਮ ਕਰਦਾ ਹੈ ਤਾਂ ਇਹ ਸਭ ਤੋਂ ਉੱਤਮ ਕਾਰਜ ਹੈ। ਆਓ ਸਾਰੇ ਮਿਲ ਕੇ ਇੱਕ ਹੰਭਲਾ ਮਾਰੀਏ ਅਤੇ ਮੁੜ ਤੋਂ ਆਪਣੇ ਪੰਜਾਬ ਨੂੰ ਹਰਿਆ ਭਰਿਆ ਅਤੇ ਖੂਬਸੂਰਤ ਬਣਾਈਏ। ਇਹ ਰੁੱਖ ਹੀ ਹਨ ਜੋ ਸਾਡੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹਨ। ਆਓ ਇਹਨਾਂ ਦੀ ਮਹੱਤਤਾ ਨੂੰ ਸਮਝੀਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ। ਆਹ ਬਲਵਿੰਦਰ ਅਤੇ ਮੈਂ ਲਾਇਆ ਮੌਸਮੀ ਹੈ ਜੀ, ਮੌਸਮੀ ਮੌਸਮੀ ਇੱਕ ਲੱਗੀ ਹੈ ਜੀ। ਭਵਿੱਖ ਵਿੱਚ ਜੇ ਤੁਸੀਂ ਧਰਤੀ ਨੂੰ ਬਚਾਉਣਾ ਹੈ ਅਤੇ ਜੇ ਤੁਸੀਂ ਧਰਤੀ ਦੇ ਸੱਚੇ ਪੁੱਤਰ ਹੋ ਤਾਂ ਰੁੱਖ ਲਗਾਉਣਾ ਆਪਣੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣਾਓ ਅਤੇ ਵੱਧ ਤੋਂ ਵੱਧ ਰੁੱਖ ਲਾ ਕੇ ਇਸ ਧਰਤੀ ਨੂੰ ਹਰਿਆ ਭਰਿਆ ਅਤੇ ਸੋਹਣਾ ਬਣਾਓ। ਧੰਨਵਾਦ, ਰੱਬ ਰਾਖਾ।